ਇਲੈਕਟੋਰਲ ਬੌਂਡ ਨੂੰ ਲੈ ਕੇ SBI ਨੂੰ ਵੱਡਾ ਝਟਕਾ ਲੱਗਿਆ। ਸੁਪਰੀਮ ਕੋਰਟ ਨੇ SBI ਨੂੰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਪਾਰਟੀਆਂ ਦੇ ਇਲੈਕਟੋਰਲ ਬੌਂਡ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜੋ ਹੈ ਜਾਣਕਾਰੀ ਦੇਣੀ ਹੋਵੇਗੀ। SBI ਨੂੰ ਸੁਪਰੀਮ ਕੋਰਟ ਨੇ 24 ਘੰਟਿਆਂ ਦਾ ਸਮਾਂ ਦਿੱਤਾ ਹੈ। SC ਨੇ ਯਾਨੀ ਕਿ ਸੁਪਰੀਮ ਕੋਰਟ ਨੇ ਕਿਹਾ ਕਿ 15 ਮਾਰਚ ਤੱਕ ਚੋਣ ਕਮਿਸ਼ਨ ਅੰਕੜੇ ਜਿਹੜੇ ਜਾਰੀ ਕਰੇ। ਇਲੈਕਟੋਰਲ ਬੌਂਡ ਨੂੰ ਜਿਹੜਾ ਕੋਰਟ ਨੇ ਪਹਿਲਾਂ ਹੀ ਗੈਰ ਕਾਨੂੰਨੀ ਦੱਸਿਆ ਸੀ। ਇਲੈਕਟੋਰਲ ਬੌਂਡ ਦੇ ਉੱਪਰ ਸੁਪਰੀਮ ਕੋਰਟ ਨੇ ਜਿਹੜਾ ਡੰਡਾ ਚਲਾਇਆ। ਹੁਣ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡ ਦੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਸਟੇਟ ਬੈਂਕ ਆਫ ਇੰਡੀਆ SBI ਦੀ ਪਟੀਸ਼ਨ ਦੇ ਉੱਤੇ ਲਗਭਗ 40 ਮਿੰਟ ਦੀ ਮਿੰਟਾਂ ਦੇ ਵਿੱਚ ਜਿਹੜਾ ਫੈਸਲਾ ਸੁਣਾ ਦਿੱਤਾ। SBI ਨੇ ਅਦਾਲਤ ਨੂੰ ਕਿਹਾ ਸਾਨੂੰ ਬੌਂਡ ਨਾਲ ਜੁੜੀ ਜਾਣਕਾਰੀ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਪਰ ਇਸ ਦੇ ਵਿੱਚ ਕੁਝ ਸਮਾਂ ਚਾਹੀਦਾ। ਇਸ ਦੇ ਉੱਤੇ CGI DY ਚੰਦਰਚੂੜ ਨੇ ਪੁੱਛਿਆ ਕਿ ਤੁਸੀਂ ਪਿਛਲੀ ਸੁਣਵਾਈ 15 ਫਰਵਰੀ ਤੋਂ 26 ਦਿਨਾਂ ਦੇ ਵਿੱਚ ਕੀ ਕੀਤਾ। ਕਰੀਬ 40 ਮਿੰਟ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ 5 ਜੱਜਸ ਨੇ ਜੋ ਹੈ ਜੱਜਸ ਦੀ ਜਿਹੜੀ ਸੰਵਿਧਾਨਕ ਬੈਂਚ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ SBI 12 ਮਾਰਚ ਤੱਕ ਸਾਰੀ ਜਾਣਕਾਰੀ ਦਾ ਖੁਲਾਸਾ ਕਰੇ। ਚੋਣ ਕਮਿਸ਼ਨ ਨੂੰ 15 ਮਾਰਚ ਨੂੰ ਸ਼ਾਮ 5 ਵਜੇ ਤੱਕ ਸਾਰੀ ਜਾਣਕਾਰੀ ਇਕੱਠੀ ਕਰਕੇ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਕਰਨੀ ਚਾਹੀਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ SBI ਨੂੰ ਆਪਣੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਾ ਜੋ ਹੈ ਹਲਫਨਾਮਾ ਦਾਇਰ ਕਰਨਾ ਚਾਹੀਦਾ ਅਤੇ ਉਹ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨਗੇ। ਅਸੀਂ ਫਿਲਹਾਲ ਕੋਈ ਅਪਮਾਨ ਨਹੀਂ ਲਗਾ ਰਹੇ ਹਾਂ ਅਤੇ ਜਿਹੜਾ ਪਰ SBI ਨੂੰ ਨੋਟਿਸ ਦੇ ਰਹੇ ਹਾਂ ਕਿ ਜੇਕਰ ਅੱਜ ਦੇ ਹੁਕਮ ਦੀ ਸਮੇਂ ਸਿਰ ਪਾਲਣਾ ਨਾ ਕੀਤੀ ਗਈ ਤਾਂ ਅਸੀਂ ਇਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ। ਦਰਅਸਲ ਸੁਪਰੀਮ ਕੋਰਟ ਦੇ 5 ਜੱਜਿਸ ਦੀ ਸੰਵਿਧਾਨਕ ਬੈਂਚ ਨੇ 15 ਫਰਵਰੀ ਨੂੰ ਚੋਣ ਬੌਂਡ ਦੀ ਵਿਕਰੀ ਦੇ ਉੱਤੇ ਰੋਕ ਲਗਾ ਦਿੱਤੀ ਸੀ। ਨਾਲ ਹੀ SBI ਨੂੰ 12 ਅਪ੍ਰੈਲ 2019 ਤੋਂ ਹੁਣ ਤੱਕ ਖਰੀਦੇ ਗਏ ਚੋਣ ਬੌਂਡ ਦੀ ਜਿਹੜੀ ਜਾਣਕਾਰੀ 6 ਮਾਰਚ ਤੱਕ ਚੋਣ ਕਮਿਸ਼ਨ ਨੂੰ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ। 4 ਮਾਰਚ ਨੂੰ SBI ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਜਾਣਕਾਰੀ ਦੇਣ ਦੇ ਲਈ 30 ਜੂਨ ਤੱਕ ਦਾ ਸਮਾਂ ਮੰਗਿਆ ਸੀ। ਇਸ ਤੋਂ ਇਲਾਵਾ ਅਦਾਲਤ ਨੇ ਐਸੋਸੀਏਸ਼ਨ ਫੋਰ ਡੈਮੋਕ੍ਰੈਟਿਕ ਰਿਫੋਰਮਸ ADR ਦੀ ਜਿਹੜੀ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਕੀਤੀ, ਜਿਸ 6 ਮਾਰਚ ਤੱਕ ਜਾਣਕਾਰੀ ਨਾ ਦੇਣ ਤੇ SBI ਖਿਲਾਫ਼ ਮਾਨਹਾਨੀ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਇਲੈਕਟੋਰਲ ਬੌਂਡ ਨੂੰ ਲੈ ਕੇ SBI ਨੂੰ ਵੱਡਾ ਝਟਕਾ ਲੱਗਿਆ। ਸੁਪਰੀਮ ਕੋਰਟ ਨੇ SBI ਨੂੰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਪਾਰਟੀਆਂ ਦੇ ਇਲੈਕਟੋਰਲ ਬੌਂਡ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜੋ ਹੈ ਜਾਣਕਾਰੀ ਦੇਣੀ ਹੋਵੇਗੀ। SBI ਨੂੰ ਸੁਪਰੀਮ ਕੋਰਟ ਨੇ 24 ਘੰਟਿਆਂ ਦਾ ਸਮਾਂ ਦਿੱਤਾ ਹੈ। SC ਨੇ ਯਾਨੀ ਕਿ ਸੁਪਰੀਮ ਕੋਰਟ ਨੇ ਕਿਹਾ ਕਿ 15 ਮਾਰਚ ਤੱਕ ਚੋਣ ਕਮਿਸ਼ਨ ਅੰਕੜੇ ਜਿਹੜੇ ਜਾਰੀ ਕਰੇ। ਇਲੈਕਟੋਰਲ ਬੌਂਡ ਨੂੰ ਜਿਹੜਾ ਕੋਰਟ ਨੇ ਪਹਿਲਾਂ ਹੀ ਗੈਰ ਕਾਨੂੰਨੀ ਦੱਸਿਆ ਸੀ। ਇਲੈਕਟੋਰਲ ਬੌਂਡ ਦੇ ਉੱਪਰ ਸੁਪਰੀਮ ਕੋਰਟ ਨੇ ਜਿਹੜਾ ਡੰਡਾ ਚਲਾਇਆ। ਹੁਣ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡ ਦੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਸਟੇਟ ਬੈਂਕ ਆਫ ਇੰਡੀਆ SBI ਦੀ ਪਟੀਸ਼ਨ ਦੇ ਉੱਤੇ ਲਗਭਗ 40 ਮਿੰਟ ਦੀ ਮਿੰਟਾਂ ਦੇ ਵਿੱਚ ਜਿਹੜਾ ਫੈਸਲਾ ਸੁਣਾ ਦਿੱਤਾ। SBI ਨੇ ਅਦਾਲਤ ਨੂੰ ਕਿਹਾ ਸਾਨੂੰ ਬੌਂਡ ਨਾਲ ਜੁੜੀ ਜਾਣਕਾਰੀ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਪਰ ਇਸ ਦੇ ਵਿੱਚ ਕੁਝ ਸਮਾਂ ਚਾਹੀਦਾ। ਇਸ ਦੇ ਉੱਤੇ CGI DY ਚੰਦਰਚੂੜ ਨੇ ਪੁੱਛਿਆ ਕਿ ਤੁਸੀਂ ਪਿਛਲੀ ਸੁਣਵਾਈ 15 ਫਰਵਰੀ